ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਫਿਰ ਚੱਲਦੀ ਬੱਸ ਦੇ ਵਿੱਚ ਚੜਿਆ ਰਾਜਾ ਵੜਿੰਗ ਬਾਦਲਾਂ ਦੀ ਬੱਸ ਨੂੰ ਪਾਇਆ ਘੇਰਾ ਮੌਕੇ ਤੇ ਕੀਤੀ ਵੱਡੀ ਕਾਰਵਾਈ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਪੰਜਾਬ ਜ਼ਿਲ੍ਹੇ ਦੇ ਵਿੱਚ ਲਗਾਤਾਰ ਬੱਸਾਂ ਦੀ ਆਪ ਖੁਦ ਜਾ ਕੇ ਚੈਕਿੰਗ ਕਰ ਰਹੇ ਨੇ ਇਸ ਦੇ ਚਲਦਿਆ ਰਾਜਾ ਵੜਿੰਗ ਨੇ ਕੈਨੇਡੀਅਨ ਨੂੰ ਉਸ ਵੇਲੇ ਰੋਕਿਆ ਜਿਸ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਹਨ ਜਿੱਥੇ ਰਾਜਾ ਬਣੇਗਾ ਜੀਂਦੇ ਵੱਲੋਂ ਬੱਸ ਸਾਡੇ ਵਿੱਚ ਜਾ ਕੇ ਲੁਕਣਾ ਦੱਸਿਆ ਜਾ ਰਿਹਾ ਅਸੀਂ ਇਸ ਬੱਸ ਵਿੱਚ ਰੁਕੀ ਹੈ ਤਾਂ ਮੈਂ ਤੁਹਾਨੂੰ ਜਾਣਕਾਰੀ ਦਵਾਂਗਾ ਇਹ ਉਹ ਬੱਸਾ ਜੋ ਬਾਦਲਾਂ ਦੀ ਬੱਸਾ ਉੱਥੇ ਉਹਨਾਂ ਨੇ ਜਦੋਂ ਸਵਾਰੀਆਂ ਨੂੰ ਪੁੱਛਿਆ ਤੁਸੀਂ ਕਿੰਨੇ ਪੈਸੇ ਦਿੱਤੇ ਹਨ ਤਾਂ ਉਹਨਾਂ ਨੇ ਕਿਹਾ ਜੀ 3 3000 ਰੁਪਏ ਦਿੱਤੇ ਨੇ ਜੀ ਉਹਦਾ ਉਹਨਾਂ ਨੇ ਕਿਹਾ 3000 ਰੁਪਏ ਦਿੱਤੇ ਨੇ ਅਸੀਂ ਦਿੱਲੀ 에ਰਪੋਰਟ ਤੇ ਜਾ ਰਹੇ ਹਾਂ ਉਹਨਾਂ ਨੇ ਕਿਹਾ ਜੀ ਸਾਰਿਆਂ ਨੂੰ 3-3000 ਰੁਪਏ ਦਿੱਤੇ ਨੇ ਮੈਂ ਬੱਸ ਚਲਾਉਂਦਾ ਹਾਂ ਮੇਰਾ ਇਸ ਤਰ੍ਹਾਂ ਬੱਸਾਂ ਖੜੀਆਂ ਹਨ ਉਹਨਾਂ ਨੇ ਕਿਹਾ ਜੀ ਪਰ ਕੇਜਰੀਵਾਲ ਬੱਸਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ ਤੁਹਾਡੀ 에ਰਪੋਰਟ ਤੱਕ ਜਾਂਦੀ ਮੈਂ ਰੋਜ਼ ਚਿੱਠੀ ਲਿਖੀ ਆ ਟਵੀਟ ਕਰਦਾ ਹਾਂ ਸਰਕਾਰ ਦੀ ਬੱਸ ਇੱਕ ਵਾਰ ਅਸੀਂ ਭੇਜੀ ਸੀ ਉਸ ਨੂੰ ਚਲਾਨ ਕਰਕੇ ਇੰਪੋਰਟ ਕਰ ਦਿੱਤਾ ਉਹਨਾਂ ਨੇ ਕਿਹਾ ਜੇਕਰ ਸਰਕਾਰ ਦੀ ਬੱਸ ਚੱਲੇਗੀ ਤਾਂ ਤੁਹਾਨੂੰ 1500 ਵਿੱਚ 1800 ਵਿੱਚ ਉੱਥੇ ਲੈ ਜਾਵਾਂਗੇ ਪਰ ਮੇਰੀ ਸਰਕਾਰ ਦੀ ਬੱਸ ਨੂੰ ਇਸ ਤਰ੍ਹਾਂ ਸੀਮਾ ਬੱਸ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ ਜੀ ਇਸ ਨੂੰ ਕੰਟਰੈਕਟ ਕੈਰੀਜ ਕਿਹਾ ਜਾਂਦਾ ਹੈ ਸਟੇਟ ਕੈਰੀਜ ਹਨ ਜੋ ਬੱਸਾਂ ਅੱਡੇ ਤੇ ਖੜ ਜਾਂਦੀਆਂ ਹਨ ਜੋ ਥਾਂ ਥਾਂ ਸਵਾਰੀਆਂ ਚੁੱਕਦੀਆਂ ਹਨ ਪਰ ਜੋ ਕੰਟਰੈਕਟ ਕੈਰੀਜ ਹੁੰਦੀ ਹੈ ਟੂਰਿਸਟ ਬੱਸ ਹੁੰਦੀ ਹੈ ਉਹ ਇੱਕ ਥਾਂ ਤੋਂ ਸਵਾਰੀ ਚੁੱਕ ਸਕਦੀ ਹੈ ਦੂਜੀ ਥਾਂ ਤੇ ਲਾ ਸਕਦੀ ਹੈ ਰਸਤੇ ਵਿੱਚ ਰੁਕ ਸਕਦੀ ਹੈ ਬਾਥਰੂਮ ਦੇ ਲਈ ਚਾਹ ਪਾਣੀ ਲਈ ਪਰ ਸਵਾਰੀ ਰਸਤੇ ਦੇ ਵਿੱਚੋਂ ਨਹੀਂ ਚੁੱਕ ਸਕਦੀ ਧੰਨਵਾਦ